ਗੁੱਡ ਮਾਰਨਿੰਗ ਸਟੂਡੈਂਟਸ ਅੱਜ ਅਸੀਂ ਕਰਾਂਗੇ ਕਰੰਟ ਅਫੇਅਰ 6 ਮਾਰਚ 2024 ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸ਼ੁਰੂ ਕਰਦੇ ਹਾਂ ਵਿਚ ਕੰਟਰੀ ਹੈਜ਼ ਬਿਕਮ ਦੀ ਫਰਸਟ ਕੰਟਰੀ ਇਨ ਦੀ ਵਰਲਡ ਟੂ ਇਨਕਲੂਡ ਦੀ ਰਾਈਟ ਟੂ ਅਬੋਰਸ਼ਨ ਇਨ ਦੀ ਕਨਸਟੀਟਿਊਸ਼ਨ ਕਹਿੰਦੇ ਵੀ ਕਿਹੜਾ ਰਾਜ ਜਿਹੜਾ ਪੂਰੇ ਵਰਲਡ ਦਾ ਪਹਿਲਾ ਰਾਜ ਬਣਿਆ ਹੈ ਜਿਨੇ ਗਰਭਪਾਤ ਨੂੰ ਸੰਵਿਧਾਨ ਦੇ ਅਕੋਰਡਿੰਗ ਮਾਨਤਾ ਪ੍ਰਾਪਤ ਮਿਲੀ ਹੈ ਵੀ ਰਾਈਟ ਮਿਲਿਆ ਹੈ ਵੀ ਅਗਰ ਸਾਨੂੰ ਕੋਈ ਚਾਈਲਡ ਜਿਹੜਾ ਨਹੀਂ ਚਾਹੀਦਾ ਅਸੀਂ ਦਾ ਗਰਭਪਾਤ ਕਰਵਾ ਸਕਦੇ ਹਾਂ ਸੋ ਇਹ ਪਹਿਲਾ ਦੇਸ਼ ਬਣਿਆ ਫਰਾਂਸ ਨੈਕਸਟ ਬੀ ਸਾਈ ਪਰਨੀਥ ਵਾਸ ਰਿਲੇਟਰ ਟੂ ਵਿਚ ਸਪੋਰਟ ਹੂ ਹੈਜ਼ ਅਨਾਉਂਸਡ ਹਿਸ ਰਿਟਾਇਰਮੈਂਟ ਕਹਿੰਦੇ ਬੀ ਸਾਈ ਪਰਨੀਥ ਜਿਹੜਾ ਇੱਕ ਖਿਡਾਰੀ ਹੈ ਦੱਸੋ ਇਹ ਕਿਹੜੀ ਖੇਡ ਦੇ ਨਾਲ ਸੰਬੰਧ ਰੱਖਦਾ ਹੈ ਜਿਨੇ ਮਤਲਬ ਕੀ ਆਪਣੀ ਰਿਟਾਇਰਮੈਂਟ ਦੀ ਜਿਹੜੀ ਘੋਸ਼ਣਾ ਕੀਤੀ ਹੈ ਸੋ ਇਹ ਜਿਹੜੇ ਜਿਹੜੇ BCI ਪਨੀਤ ਹੈ ਇਹ ਬੈਡਮਿੰਟਨ ਖੇਡ ਦੇ ਨਾਲ ਸੰਬੰਧ ਰੱਖਦੇ ਆ। ਨੈਕਸਟ ਹੂ ਹੈਜ਼ ਲਾਂਚed ਦੀ ਅਦਿਤੀ ਸਕੀਮ ਕਹਿੰਦੇ ਅਦਿਤੀ ਸਕੀਮ ਜਿਹੜੀ ਹੈ ਇਹ ਕਹਿੰਨੇ ਲਾਂਚ ਕੀਤੀ ਹੈ। ਸੋ ਦੋਸਤੋ ਇਹ ਕੀਤੀ ਹੈ ਰਾਜਨਾਥ ਸਿੰਘ ਨੇ। ਨੈਕਸਟ ਵੇਅਰ ਹੈਜ਼ ਇੰਡੀਆਜ਼ ਫਰਸਟ ਗ੍ਰੀਨ ਹਾਈਡਰੋਜਨ ਪਲਾਂਟ ਇਨ ਸਟੇਨਲੈਸ ਸਟੀਲ ਸੈਕਟਰ ਬੀਨ ਇਨੋਗਰੇਟਡ ਕਹਿੰਦੇ ਵੀ ਕਿੱਥੇ ਜਿਹੜੇ ਇੰਡੀਆ ਦੇ ਵਿੱਚ ਪਹਿਲਾ ਗ੍ਰੀਨ ਹਾਈਡਰੋਜਨ ਜਿਹੜਾ ਪਲਾਂਟ ਹੈ ਸਟੇਨਲੈਸ ਸਟੀਲ ਉਦਾ ਅਦਗਾਟਨ ਕੀਤਾ ਸੋ ਇਹ ਕੀਤਾ ਹਿਸਾਰ ਦੇ ਵਿੱਚ ਨੈਕਸਟ ਹੂ ਹੈਜ਼ ਬਿਕਮ ਬੀਐਸਐਫਸ ਫਰਸਟ ਊਮਨ ਸਪਾਈਨਰ ਕਹਿੰਦੇ ਵੀ ਦੱਸੋ ਬਾਡਰ ਸਕਿਉਰਿਟੀ ਫੋਰਸ ਦੇ ਵਿੱਚ ਪਹਿਲੀ ਊਮਨ ਜਿਹੜੀ ਸਪਾਈਨਰ ਕੌਣ ਬਣੀ ਹੈ ਸੋ ਇਹ ਬਣੀ ਹੈ ਸੁਮਨ ਕੁਮਾਰੀ ਨੈਕਸਟ ਇੰਦਰਾਮਾ ਆਵਾਸ ਯੋਜਨਾ ਹੈਜ਼ ਬਿਕਮ ਲਾਂਚਡ ਇਨ ਵਿਚ ਸਟੇਟ ਕਹਿੰਦੇ ਕਿ ਜਿਹੜੀ ਇੰਦਰਾਮਾ ਆਵਾਸ ਯੋਜਨਾ ਹੈ ਇਹ ਦੱਸੋ ਕਿਹੜੇ ਜਿਹੜੇ ਰਾਜ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਸੋ ਇਹ ਸ਼ੁਰੂ ਕੀਤੀ ਗਈ ਹੈ ਭਾਰਤ ਦਾ ਰਾਜ ਤਿਲੰਗਨਾ ਦੇ ਵਿੱਚ ਨੈਕਸਟ ਚਸ਼ਕੂ ਪਲੇਟਫਾਰਮ ਹੈਜ਼ ਬੀਨ ਲੌਂਚਡ ਬਾਈ ਵਿਚ ਡਿਪਾਰਟਮੈਂਟ ਕਹਿੰਦੇ ਵੀ ਜਿਹੜਾ ਚਸ਼ਕੂ ਪਲੇਟਫਾਰਮ ਹੈ ਇਹ ਦੱਸੋ ਕਿਹੜੇ ਡਿਪਾਰਟਮੈਂਟ ਦੇ ਵੱਲੋਂ ਲਾਂਚ ਕੀਤਾ ਗਿਆ ਸੋ ਦੋਸਤੋ ਇਹ ਕੀਤਾ ਗਿਆ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੇ ਵੱਲੋਂ ਨੈਕਸਟ ਵੇਅਰ ਹੈਜ਼ ਇੰਡੀਆਜ਼ ਫਸਟ ਨੈਸ਼ਨਲ ਡਾਲਫਿਨ ਰਿਸਰਚ ਸੈਂਟਰ ਬੀਨ ਸੈਟ ਅਪ ਕਹਿੰਦੇ ਵੀ ਦੱਸੋ ਇੰਡੀਆ ਦਾ ਪਹਿਲਾ ਨੈਸ਼ਨਲ ਡਾਲਫਿਨ ਰਿਸਰਚ ਸੈਂਟਰ ਜਿਹੜਾ ਉਹ ਕਿੱਥੇ ਸੈਟਅਪ ਕੀਤਾ ਗਿਆ ਸੋ ਇਹ ਕੀਤਾ ਗਿਆ ਬਿਹਾਰ ਪਟਨਾ ਦੇ ਵਿੱਚ ਨੈਕਸਟ ਹੂ ਹੈਜ਼ ਬੀਨ ਅਵਾਰਡਡ ਦੀ ਬੋਬ ਜੋਨਸ ਅਵਾਰਡ ਕਹਿੰਦੇ ਦੱਸੋ ਕਿਨੂੰ ਬੋਬ ਜੋਨਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੋ ਇਹ ਕੀਤਾ ਗਿਆ ਟਾਈਗਰ ਬੁੱਡਸ ਨੂੰ ਨੈਕਸਟ ਵਾਟ ਇਜ਼ ਦਾ ਏਜ ਪ੍ਰੈਸਕ੍ਰਾਈਬਡ ਬਾਏ ਇਲੈਕਸ਼ਨ ਕਮਿਸ਼ਨ ਟੂ ਫੈਸਿਲਿਟੇਟ ਵੋਟਿੰਗ ਬਾਏ ਪੋਰਟਲ 벨ਟ ਕਹਿੰਦੇ ਵੀ ਦੱਸੋ ਇਲੈਕਸ਼ਨ ਕਮਿਸ਼ਨ ਵੱਲੋਂ ਕਿੰਨੀ ਜਿਹੜੀ ਏਜ ਐ ਪ੍ਰਸਕ੍ਰਾਈਬਡ ਕੀਤੀ ਗਈ ਹੈ ਜਿਹੜੀ ਫੈਸਿਲਿਟੇਟਡ VOTING ਵੱਲੋਂ ਪੋਸਟਲ ਬੈਲੇਟ ਦੇ ਵਿੱਚ ਸੋ ਇਹ ਜਿਹੜੀ ਏਜ ਐ ਓਵਰ 85 ইয়ারਸ ਐ फ्रेंड्स ਵੀਡੀਓ ਵਧੀਆ ਲੱਗੀ ਐ ਤੇ ਇਹਨੂੰ ਐਂਡ ਤੱਕ ਜ਼ਰੂਰ ਦੇਖਣਾ ਆਪਣੇ ਫਰੈਂਡਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਸੋ ਬਣੇ ਰਹੋ ਬਲੈਕ ਹੋਲ ਪੁਆਇੰਟ YouTube ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ